ਤੁਹਾਡੇ ਸਾਹਮਣੇ ਅਤੇ ਆਪਣੀ ਹਾਲਤ ਹੀ ਤੁਹਾਡੇ ਸਾਹਮਣੇ ਆ। ਰਾਗਿਰ ਜਿਹੜੇ ਚੰਗਾ ਪੜ੍ਹਨ ਵਾਲਾ ਹੋਵੇ ਅਤੇ ਉਹਨੂੰ ਆਖੋ ਜੇ ਕੁਰਸੀਆਂ 'ਚ ਖੜੋ ਕੇ ਪੜ੍ਹੋ ਪੜ੍ਹ ਸਕਦਾ ਹੈ, ਜਾਂ ਕਬਰਿਸਤਾਨ 'ਚ ਖੜੋ ਕੇ ਪੜ੍ਹੋ ਪੜ੍ਹ ਸਕਦਾ ਹੈ। ਚਲੋ ਸਾਡਾ ਕੰਮ ਹੈ ਡਿਊਟੀ ਦੇਵਣਾ, ਤੁਸੀਂ ਜਿਵੇਂ ਦਿਲ ਲਾ ਕੇ ਸੁਣੋ ਅਤੇ ਬਕਾਇਆ ਇਹ ਕੋਈ ਨਵੀਂ ਗੱਲ ਨਹੀਂ। ਇੱਕ ਤਾਂ ਮਜਮਾ ਥੋੜ੍ਹਾ, ਦੂਜਾ ਮੁਲਤਾਨ ਦਾ ਮਿਜ਼ਾਜ ਹੈ, ਵਤਨੀ ਰਾਗਿਰ ਜਿਹੜਾ ਚੰਗਾ ਪੜਦਾ ਹੋਵੇ ਬੰਦੇ ਵੇਖਦੇ ਹਰੀੜ ਤਰ੍ਹਾਂ ਹਨ। ਅਤੇ ਕੋਈ ਐਸੀ ਬਾਤ ਨਹੀਂ, ਮੌਲਾ ਤੁਹਾਨੂੰ ਵਸਦਿਆਂ ਰੱਖੇ, ਆਬਾਦ ਰਹੋ, ਸਲਾਮਤ ਰਹੋ। ਮੌਲਾ ਤੁਹਾਨੂੰ ਸਿਵਾਏ ਗਮੇ ਹੁਸੈਨ ਦੇ ਸ਼ਾਲਾ ਦੁਨੀਆ ਦੇ ਗਮਾਂ ਤੋਂ ਮਹਿਫੂਜ਼ ਫਰਮਾਵੇ। ਕੋਈ ਖੁਤਬਾ ਨਹੀਂ, ਕੋਈ ਫਜ਼ਾਇਲ ਨਹੀਂ, ਕੋਈ ਰੁਬਾਈ ਨਹੀਂ, ਫਕਤ ਹਿੱਕਲੋ ਜੁਮਲਾ ਮਾਂ ਸਾਹਿਬ ਦਾ, ਫਕਤ ਰੋਵਣ ਵਾਲੀ ਅੱਖੀ ਨਾਲ ਮਸਈਅਤ ਦਾ ਵਪਾਰ ਹੈ। ਜਿਹੜੇ ਨੀਤ ਕਿਹਾ ਹੋ ਕਿ ਜ਼ੈਨਬ ਨੂੰ ਮੰਨ ਕੇ ਉਹਦੇ ਵਿਰਾਵਾਂ ਦੀ ਮੁਕਾਨ ਦੇ ਆਵਾਂ, ਉਹ ਸਰ ਚਾਤ ਮੇਰੇ ਵਾਲੇ ਪਾਸੇ ਵੇਖਣ। ਨਬੀ ਦੇ ਦੁਨੀਆ ਤੋਂ ਟੁਰ ਵੰਜਣ ਤੋਂ ਬਾਅਦ, ਜੁਮਲਾ ਮੇਰਾ ਗੌਰ ਨਾਲ ਸੁਣਨਾ ਹੀ, ਅਗਰ ਤਵੱਜੋ ਕੀਤੋ ਹੀ ਤਾਂ ਮੇਰੇ ਵਾਲੇ ਪਾਸੇ ਡਿਠੋਈ, ਮੈਂ ਜ਼ਾਮੇ ਨਾ ਤੇਰੀ ਅੱਖੀਂ ਦਾ ਵਜ਼ੂ ਜ਼ਰੂਰ ਹੋਸੀ, ਅੱਖ ਜਾਣੇ ਅਤੇ 1400 ਮੀਲ ਦੀ ਥੱਕੀ ਹੋਈ ਸਹੀ ਆਜ਼ਾਦੀ ਜਾਣੇ। ਨਬੀ ਦੇ ਦੁਨੀਆ ਤੋਂ ਟੁਰ ਵੰਜਣ ਤੋਂ ਬਾਅਦ, ਨਬੀ ਦਾ ਸਹਾਬੀ ਹੈ ਜਿਹਦਾ ਨਾਮ ਹੈ ਹਜ਼ਰਤ ਜਾਬਿਰ ਬਿਨ ਅਬਦੁੱਲਾ ਅਨਸਾਰੀ, ਨਬੀ ਦੀ ਕਬਰ 'ਤੇ ਹੱਥ ਰੱਖ ਕੇ ਠੱਡਾ ਸਾਹ ਭਰ ਕੇ ਬੈਠਾ ਦਾ, ਯਾ ਨਬੀ ਅੱਲਾ, ਹੁਣ ਉਹ ਧਰਤੀ ਚੰਗੀ ਨਹੀਂ ਲੱਗਦੀ ਜਿੱਥੇ ਬਤੂਲ ਝਿਣਕੀਂਦੀ ਰਹੀ। ਹਾਏ ਸੋਹਣੀ ਕੀਤੀ ਹੈ, ਬੜੀ ਸੋਹਣੀ ਹਾਏ ਕੀਤੀ ਹੈ, ਮੈਂ ਸੈਯਦ ਰਾਜ਼ੀਆਂ। ਯਾ ਨਬੀ ਅੱਲਾ, ਹੁਣ ਉਹ ਧਰਤੀ ਚੰਗੀ ਨਹੀਂ ਲੱਗਦੀ ਜਿੱਥੇ ਬਤੂਲ ਝਿਣਕੀਂਦੀ ਰਹੀ। ਮੌਲਾ ਤੇਰਾ ਮਦੀਨਾ ਚੰਗਾ ਨਹੀਂ ਲੱਗਦਾ, ਇਹ ਗੱਲ ਕਰਕੇ ਜਾਬਿਰ ਨੇ ਮਦੀਨਾ ਛੋੜ ਦਿੱਤਾ ਅਤੇ ਚਲਾ ਗਿਆ ਯਮਨ। ਸਮਝ ਆਉਂਦੀ ਪਈ ਸਾਰੇ ਬਾਪ ਨੂੰ ਮੇਰੀ ਗੱਲ ਦੀ? ਚਲਾ ਗਿਆ ਯਮਨ। ਯਮਨ ਜਾ ਕੇ ਜਾਬਿਰ ਨੇ ਵਸਣਾ ਸ਼ੁਰੂ ਕੀਤਾ। ਬਦਲ ਗਈਆਂ ਰੂਤੀ ਭੈਣ ਅਤੇ ਬਿਰਾ ਤੋਂ ਵਤਨ ਛੁੱਟਾ ਤਾਂ ਜਾਬਿਰ ਯਮਨ 'ਚ, ਬੱਧੇ ਹੋਏ ਆਰਾਮ ਤਰੁੱਟੇ ਤਾਂ ਜਾਬਿਰ ਯਮਨ 'ਚ, ਉਭਰ ਪਿਆ ਡਾ ਮੁਹਰਮ ਦਾ ਨੀ, ਪੁੱਤਰਾਂ ਭਤਰੀਜੀਆਂ ਸਮਾਇਤ ਕਰ ਬਲਾ ਅਤੇ ਟੀਮੇ ਹੀ ਸਮ ਗਿਆ ਅਤੇ ਜ਼ੈਨਬ ਨੂੰ ਪਵਾਈਆਂ ਨੇ ਕੜੀਆਂ ਤਾਂ ਜਾਬਿਰ ਯਮਨ 'ਚ, ਅਲੀ ਦੀਆਂ ਧੀਆਂ ਅਤੇ ਨੂੰਹਾਂ ਕੈਦ ਨਿਭਾਉਂਦੀਆਂ ਰਹੀਆਂ ਜਾਬਿਰ ਯਮਨ 'ਚ, ਇਡੂ ਕੈਦਾਂ ਮੁਕੀਆਂ ਅਲੀ ਦੀਆਂ ਧੀਆਂ ਅਤੇ ਨੂੰਹਾਂ ਦੀਆਂ। ਇਰੇ ਯਮਨ 'ਚ ਬੈਠੇ ਹੋਏ ਜਾਬਿਰ ਦੇ ਦਿਨ 'ਚ ਖਿਆਲ ਆਇਆ, ਢੇਰ ਦਿਹਾੜੇ ਹੋ ਗਏ। ਵੈਨਾ ਨਜਫ ਅਸ਼ਰਫ ਅਮੀਰ ਉਲ ਮੋਮਿਨੀਨ ਦੇ ਰੋਜ਼ੇ ਦਾ ਕਰਿੰਦਾ ਸਲਾਮ, ਇਡੂ ਅਲੀ ਦੀਆਂ ਧੀਆਂ ਅਤੇ ਨੂੰਹਾਂ। ਉਹ ਭਾਈਆ ਵੇਖ ਮੇਰੇ ਵਾਲੇ ਪਾਸੇ, ਰੋ ਅਤੇ ਬਾਹਵਨ ਰੋ, ਵੇਖ ਮੇਰੇ ਵਾਲੇ ਪਾਸੇ, ਇਡੂ ਅਲੀ ਦੀਆਂ ਧੀਆਂ ਅਤੇ ਨੂੰਹਾਂ ਦੀਆਂ ਕੈਦਾਂ ਛੁੱਟੀਆਂ। ਜ਼ੈਨਬ ਟੁਰੀ ਸ਼ਾਮ 'ਚੋਂ, ਜਾਬਿਰ ਟੁਰਿਆ ਯਮਨ 'ਚੋਂ। ਆਏ ਨਜਫ ਅਸ਼ਰਫ ਅਮੀਰ ਉਲ ਮੋਮਿਨੀਨ ਦੇ ਰੋਜ਼ੇ ਦਾ ਪਹਿਲਾ ਚੱਕਰ ਵਲਿਆ, ਬੰਨੀ ਅਸਦ ਦੇ ਲੋਕਾਂ ਦੱਸਿਆ, ਉਹ ਸਾਹਬੀ ਰਸੂਲ ਦਾ ਤੂੰ ਵਸਦਾ ਰਹੀਆਂ ਅਤੇ ਰਹਿਣਾ ਬੁਝੜ ਗਈ ਹੈ। ਇੱਕੋ ਸਵਾਲ ਕੀਤਾ, ਤੁਸਾਂ ਜੋ ਆਦੇ ਉਜੜ ਗਈ ਹੈ, ਦੱਸ ਤਾਂ ਸਹੀ ਅਬਾਸ ਕਿੱਥਾ ਹੀ? ਭੈਣ ਅਤੇ ਫਿਰਾ ਦੀ ਚੁੱਪ ਖਾ ਗਈ ਗਾਜ਼ੀ ਨੂੰ। ਆਦੇ ਅੱਛਾ ਮੌਲਾ, ਉਹ ਕਾਇਨਾਤ ਦਾ ਅਮੀਰ ਮੌਲਾ, ਮੌਲਾ ਮੇਰਾ ਸਲਾਮ ਹੋਵੀ, ਮੌਲਾ ਮੈਂ ਵਹਿੰਦਾ ਪੀਆਂ। ਅਲੀ ਪੁੱਛਿਆ ਕਿਹੜੇ ਵਹਿਣਾ? ਮੌਲਾ ਵਹਿਣਾ ਕਰ ਬਲਾ, ਮੌਲਾ ਸੁਣੀ ਖੜੋ ਤਾਂ, ਅੱਖੀ ਨਾਲ ਵੇਖਣਾ ਚਾਹੁੰਦਾ ਜਬਰਾਈਲ ਦੇ ਪਰਾਂ 'ਤੇ ਸੰਮਣ ਦਾ ਆਦਿ ਹੁਸੈਨ ਮਿੱਟੀ 'ਚ ਕਿਵੇਂ ਸੁੱਤਾ ਪੀ ਹੈ। ਟੁਰ ਪਿਆ ਜਾਬਿਰ ਬਿਨ ਅਬਦੁੱਲਾ ਅਨਸਾਰੀ, 130 ਸਾਲ ਦੀ ਉਮਰ ਹੈ ਜਾਬਿਰ ਦੀ। ਆਏ ਹੀ ਕਰਬਲਾ ਜ਼ਨੈਰੁਲ ਕਮਾ ਦੇ ਕਿਨਾਰੇ 'ਤੇ ਮਾਰ ਸਾਹਿਬ ਹੁਸਲ ਕੀਤਾ, ਅਤਬਾ ਨਾਮੀ ਗੁਲਾਮ ਹੈ ਜੇ ਜੁੱਤੀ ਸਾਹਮਣੇ ਰੱਖੀ, ਅਦੇ ਜੁੱਤੀ ਚਾਲ ਹੈ ਜੁੱਤੀ ਨਹੀਂ ਪਾਵਣੀ, ਮੇਰੇ ਕਦਮ ਮੱਤਾਂ ਉੱਥੇ ਆਵੇਂ ਜਿੱਥੇ ਜ਼ੈਨਬ ਖੜੋਤੀ ਰਹੀ। ਵਾਹ ਬਾਈ ਵਾਹ, ਸੋਹਣੀ ਹਾਏ ਪਿਆ ਕਰੇ ਨਾ, ਮਜਮੇ ਦੇ ਲਿਹਾਜ਼ ਨਾਲ ਬੜੀ ਸੋਹਣੀ ਹਾਏ ਕੀਤੀ ਹੈ, ਮੈਂ ਸੈਯਦ ਰਾਜ਼ੀਆਂ। ਜੁੱਤੀ ਚਾਲ ਹੈ ਜੁੱਤੀ ਨਹੀਂ ਪਾਵਣੀ, ਮੱਤਾਂ ਮੇਰੇ ਕਦਮ ਉੱਥੇ ਆਵੇਂ ਜਿੱਥੇ ਜ਼ੈਨਬ ਖੜੋਤੀ ਰਹੀ। ਪੂਰੀ ਸੀਮਾਦਾਰੀ ਨਾਲ ਵੀ ਆਦਾਂ, ਜਾਬਿਰ ਦੇ ਪਹੁੰਚਣ ਤੋਂ ਪਹਿਲੇ ਹੁਸੈਨ ਦੀ ਕਬਰ ਰਾਜ਼ ਆਈ। ਹੁਸੈਨ ਦੀ ਕਬਰ ਦਾ ਤੱਕੀ ਜਿਵੇਂ ਕੋਈ ਨਾ ਹੀ ਪਤਾ ਕਹਿਣ ਨੂੰ ਵੀ, ਜਿਵੇਂ ਅੱਜ ਤਾਈਂ ਮੁਹੰਮਦ ਦੀ ਧੀ ਦੀ ਕਬਰ ਰਾਜ਼ ਹੈ। ਤੇਰੇ 6ਵੇਂ ਇਮਾਮ ਕੋਲੋਂ ਇੱਕ ਬੰਦੇ ਪੁੱਛਿਆ, ਮੌਲਾ ਤੁਹਾਡੀ ਡਾਰੀ ਜੱਦਾ ਦੀ ਕਬਰ ਕਿਹੜੀ ਹੈ? ਇਮਾਮ ਦੀ ਆਵਾਜ਼ ਪਈ ਆਉਂਦੀ ਹੈ, ਕਬਰ ਦਾ ਤੱਡਾ ਪਤਾ ਲੱਗਸੀ ਜਨਾਬ, ਮਹਾਦੀ ਦਾ ਹੋਸੀ ਜ਼ਹੂਰ, ਕਬਰ ਦੇ ਸਿਰਾਂ ਦੀ ਖੜੋ ਕੇ ਆਖਸੀ, ਕਬਰ ਤੂੰ ਬਹਿਰਾ ਮੈਨੂੰ ਦੱਸ ਕੌਣ ਝਿਣਕਾ ਦੇਂਦਾ ਰਹੀ ਹੈ।
ਜਿਵੇਂ ਬਤੂਲ ਦੀ ਕਬਰ ਆਈ ਤਕਰਾ ਦੇ, ਇੰਨੇ ਜਾਬਿਰ ਦੇ ਪਹੁੰਚਣ ਤੋਂ ਪਹਿਲੇ ਚਿੱਟੀ ਡਾੜੀ ਵਾਲਾ ਮੋਮਿਨ ਹੁਸੈਨ ਦੀ ਕਬਰ ਰਾਜ ਆਈ। ਹੁਸੈਨ ਦੀ ਕਬਰ ਦਾ ਚਾਚਾ ਕਹਿ ਨੂੰ ਕੋਈ ਨਹੀਂ ਪਤਾ, 130 ਸਾਲ ਦਾ ਬੁੱਢੜਾ ਸਾਹਬੀ ਰਸੂਲ ਦਾ, ਦੋ ਆਸਿਆਂ ਦੇ ਸਾਰੇ 'ਤੇ ਟੁਰਨਾ ਸ਼ੁਰੂ ਕੀਤਾ। ਇਹ 19 ਸਫ਼ਰ ਦੁਪਹਿਰਾਂ ਦਾ ਟਾਈਮ, ਅੱਖੀਂ ਪਈਆਂ ਵਸਦੀਆਂ, ਹੁਸੈਨ ਦੀ ਕਬਰ ਤੂੰ 8 ਕਦਮ ਦੂਰ ਆ ਖੜੋਤਾ ਹੀ, ਠੱਡਾ ਸਾਹਿਬ ਵਰ ਕਿਆ ਦੇ ਉਹ ਮੋਹਰੇ ਨਬੂਆ ਦਾ ਸਵਾਰ ਹੁਸੈਨ, ਮਾਂ ਦੇ ਖਾਲੀ ਵੱਲਣ ਦਾ ਵਾਸਤਾ ਹੀ ਮੈਨੂੰ ਦੱਸਾ ਜੋ ਕਿੱਥੇ ਸੁੱਤੋ ਹੈ। ਕਬਰ ਹੱਲੀ ਹੌਲੇ ਜਿਹੀ ਆਵਾਜ਼ ਪਈਆਂ ਦੀ, 8 ਕਦਮ ਅੱਗਾਂ 'ਤੇ ਟੁਰ ਮੇਰੀ ਕਬਰ ਦੇ ਸਿਰ ਆਉਂਦੀਆਂ। ਪਹੁੰਚ ਗਈ ਰਸੂਲ ਦਾ ਬੁੱਢੜਾ ਸਾਹਬੀ ਹੁਸੈਨ ਦੀ ਕਬਰ 'ਤੇ, ਛੋੜ ਦਿੱਤਾ ਸਾਰਾ ਮਜ਼ਮੂਨ, ਵੈਣ ਕੀਤੇ ਢੇਰ, ਮੈਂ ਫਕਤ ਇੱਕੋ ਵੈਣ ਪੜ੍ਹਨਾ ਚਾਹੁੰਦਾ। ਆਖਰੀ ਜਿਹੜਾ ਵੈਣ ਕੀਤਾ ਨਾ ਜਾਬਿਰ ਨੇ, ਕਬਰ ਨੂੰ ਗਲ ਨਾਲ ਲਾ ਕੇ ਰੋ ਰੋ ਕੇ ਬੈਠਾ ਦਾ, ਮੌਲਾ ਸੋਹਣਾ ਆ ਵਾਕਈ ਸੱਚ, ਧੀ ਮਿੰਨਤ ਕਰੇਂਦੀ ਰਹੀਏ ਸ਼ਿਮਰ ਘੁੰਦਾ ਰਹੀਏ। ਹੁਸੈਨ ਦੀ ਆਵਾਜ਼ ਪਈਆਂ ਦੀ, ਥੋੜ੍ਹਾ ਸੁਣਿਆ ਹੀ ਡੋਕੇਸ ਤੂੰ ਡੇਰ ਹਨ। ਅੱਛਾ ਮੌਲਾ ਇਜਾਜ਼ਤ, ਹੁਸੈਨ ਨਹੀਂ ਪੁੱਛਿਆ ਇਤਨੀ ਜਲਦੀ ਤਿਆਰੀ ਕਿਉਂ ਕੀਤੀ ਹੈ, ਹੁਣ ਵੰਜਣਾ ਕਿ ਨਹੀਂ, ਦੋ ਜਾਂ 3 ਮਿੰਟ ਦੀ ਬਕਾਇਆ ਨੌਕਰੀ, ਹੁਣ ਵੰਜਣਾ ਕਿ ਨਹੀਂ ਆ, ਏਡੀ ਜਲਦੀ ਤਿਆਰੀ ਕਿਉਂ ਕੀਤੀ ਹੈ। ਕੋਈ ਸਵਾਲ ਹੁਸੈਨ ਨਹੀਂ ਕੀਤਾ, ਜਿਹੜੇ ਜ਼ਾਹਿਰ ਬੈਠੇ ਹੋ ਸਰ ਚਾਹ ਅਤੇ ਮੇਰੇ ਉਹਦੇ ਕੋਲ, ਚੱਲ ਪਈ ਹੁਸੈਨ ਦੇ ਰੋਜ਼ੇ ਤੂੰ ਆਏ ਹੀ ਬੈਨੁਲ ਹਰਮੈਨ ਦੇ ਆਧੇ 'ਚ, ਅਬਾਸ ਦਾ ਰੋਜ਼ਾ ਹਲੇ, ਹੌਲੇ ਜਿਹੀ ਆਵਾਜ਼ ਪਈਆਂ ਦੀ, ਉਹ ਸਾਹਬੀ ਰਸੂਲ ਦਾ ਮੈਡੋ ਕਿਉਂ ਨਹੀਂ ਆਉਂਦਾ। ਆਦਾ ਗਾਜ਼ੀ ਗੱਲ ਅਰਮਾਨ ਦੀ ਏ, ਤੂੰ ਵੇਧਰੀਓ ਅਤੇ ਕੜੀਆਂ ਪੈਂਦੀ ਰਹੀ। ਵਾਹ ਬਾਈ ਵਾਹ, ਵਾਹ ਬਾਈ ਵਾਹ, ਬੜੀ ਸੋਹਣੀ ਮੁਕਾਨ ਦਿੱਤੀ ਹੈ। ਤੂੰ ਡੇ ਦਰੀਓ, ਮੈਂ ਨੌਕਰਾਂ ਬਾਬਾ ਮੈਂ ਨੌਕਰਾਂ, ਤੂੰ ਡੇ ਦਰੀਓ, ਕੜੀਆਂ ਪੈਂਦੀ ਰਹੀ। ਅਬਾਸ ਦੀ ਆਵਾਜ਼ ਪਈਆਂ ਦੀ, ਨਾ ਰੋਆ ਭੈਣ ਅਤੇ ਭਰਾ ਦੀ ਚੁੱਪ ਖਾ ਗਈ। ਆਏ ਹੀ ਅਬਾਸ ਦੇ ਰੋਜ਼ੇ 'ਤੇ, ਕਾਫੀ ਦੇਰ ਅਬਾਸ ਦੇ ਰੋਜ਼ੇ 'ਤੇ ਬੈਠਾ ਰਹੀ ਆਈ। ਤਮਹੀਦ ਖਤਮ, ਮੈਂ ਪਹਿਲਾ ਜੁਮਲਾ ਮਸਾਹਿਬ ਦਾ ਪਿਆ ਪੜ੍ਹਦਾ, ਇਹ ਜਿਹੜਾ ਜੁਮਲਾ ਹੁਣ ਪਿਆ ਪੜ੍ਹਦਾ, ਅਗਰ ਇਸ ਜੁਮਲਾ ਦੀ ਤੈਨੂੰ ਸਮਝ ਆ ਗਈ, ਜਿੱਥੇ ਯਾਦ ਆ ਸੀ ਅੱਖ ਵਸ ਪੋਸੀ, ਮੈਂ ਸੈਯਦ ਆਮੇ ਨਾ ਸਰ ਚਾਦ ਮੇਰੇ ਵਾਲੇ ਪਾਸੇ ਦੇਖ, ਸਖ਼ਤ ਮੈਂ ਕਦਾ ਹੀ ਨਹੀਂ ਪੜ੍ਹਿਆ, ਅਦਬ ਨਾਲ ਪੜ੍ਹਨ ਦੱਸਦੀਆਂ। ਅਬਾਸ ਦੀ ਆਵਾਜ਼ ਪਈਆਂ ਦੀ, ਹੈ ਨਾ ਨਾ ਹੁਣ ਵੰਜਣਾ ਕਿ ਨਹੀਂ, ਅਦੇ ਗਾਜ਼ੀ ਅਸਾਂ ਕੋਈ ਵਸਣ ਤਾਂ ਡਾ ਦੇ ਰਹਿ ਗਏ, ਪਹਿਲੇ ਪਤਾ ਕੋਈ ਨਾ, ਹੀ ਰਹਿਣਾ ਬੁੱਝੜ ਗਈ ਹੈ ਅਤੇ ਮੈਂ ਵਸਦਾ ਰਹੀ ਹਾਂ। ਗਾਜ਼ੀ ਹੁਣ ਜੰਗਲਾਂ ਦਾ ਰੁੱਖ ਕਰੇ ਸਾਂ, ਮੁਹੰਮਦ ਨੂੰ ਉਹਦੀ ਧੀਆਂ ਦੇ ਮੁਕਾਣ ਦੇ ਸਾਂ, ਇਕੱਲਾ ਕੁਰਲਾ ਸਾਂ। ਅਬਾਸ ਦੀ ਆਵਾਜ਼ ਪਈਆਂ ਦੀ, ਨਾਨਾ ਮਿੰਨਤ ਕਰੇ ਨਾ ਇਥਾਈ ਟਿਕ ਪਓ, ਇਥਾਈ ਹੁਸੈਨ ਦੀ ਕਬਰ ਦਾ ਮੁਜਾਵਰ ਬਣਵਨ। ਹੁਣ ਇਹ ਨਗਰੀ ਆਮ ਨਗਰੀ ਨਹੀਂ, ਜੇ ਜੁਮਲੇ ਦਾ ਵਾਅਦਾ ਕੀਤਾ ਮੈਂ ਦੇਖੇ, ਇਹ ਆਮ ਨਗਰੀ ਨਹੀਂ, ਲੋਕਾਂ ਨੂੰ ਪਤਾ ਨਹੀਂ, ਆਪਣੀਆਂ ਸਵਾਰੀਆਂ ਗੁਜ਼ਰੇਂਦੇ ਨੇ ਹੁਸੈਨ ਦੀ ਕਬਰ ਤੋਂ। ਮੈਂ ਕਬਰ ਚੋਣਾਂ ਬੇਚੈਨ, ਲੋਕਾਂ ਨੂੰ ਕਾਨੂੰਨ ਦੱਸ ਚਾ, ਕੋਈ ਵੀ ਸਵਾਰੀਆਂ 'ਤੇ ਸਵਾਰ ਹੋ ਕੇ ਇਸ ਨਗਰੀ 'ਚ ਨਾ ਆਵੇ। ਅਗਰ ਹੋਵੇਨ ਮੁਸਾਫਿਰ ਤਾਂ ਵੱਲਾ ਮਾਰੇਨ, ਅਗਰ ਹੋਵੇਨ ਜ਼ਿਆਰਤੀ, ਕਰ ਬਲਾ ਦੇ ਬੰਨੇ 'ਤੇ ਆਪਣੀਆਂ ਸਵਾਰੀਆਂ ਬਹਾਵੇਨ, ਪੈਦਲ ਇਸ ਨਗਰੀ 'ਚ ਆਵੇਨ, ਜ਼ਿਕਰ ਸੁਣਦੇ ਹੋਵੇਨ ਤਾਂ ਜ਼ਾਕਿਰ ਬਣੇ, ਤੱਸੇ ਹੋਵੇਨ ਤਾਂ ਪਾਣੀ ਪੀਵਾਵੇਂ, ਭੁੱਖੇ ਹੋਵੇਨ ਤਾਂ ਖਾਣਾ ਖਵਾਵੇਂ, ਹਰ ਕਿਸੇ ਨੂੰ ਰੋਕੇ। ਮਗਰ ਨਾਨਾ ਖਿਆਲ ਰੱਖੇ, ਬਿਤਾਲੀ ਮਾਮਾ ਲੈ ਕੇ ਗਈ ਹੋਈ ਸਜਾਦ ਸ਼ਾਮ, ਨਾਨਾ ਹਰ ਨੂੰ ਰੋਕੇ, ਜਦੋਂ ਸਜਾਦ ਵੱਲੇ ਨਾ ਵਾਪਸ, ਉਹਨੂੰ ਆਖੇ ਜੋ ਚਾਚਾ ਵੀ ਆ ਦਈ ਜ਼ੈਨਬ ਦਾ ਮਹਮਲ ਮੇਰੀ ਕਬਰ 'ਤੇ ਆ ਬਹਾ। ਵਾਹ ਬਾਈ ਵਾਹ, ਵਾਹ ਬਾਈ ਵਾਹ। 19 ਸਫ਼ਰ ਦੁਪਹਿਰਾਂ ਦਾ ਟਾਈਮ, ਜਾਬਿਰ ਮੁਕਰਰ ਹੋਏ ਹੀ ਮੁਜਾਵਿਰ ਹੁਸੈਨ ਦੀ ਕਬਰ ਦਾ, ਉਭਿਰ ਪਿਆ 20 ਸਫ਼ਰ ਦਾ ਡੀਂ, 20 ਸਫ਼ਰ ਦਾ ਡੀਂ ਦੁਪਹਿਰਾਂ ਦਾ ਟਾਈਮ, ਜ਼ਮੀਨ ਕਰਬਲਾਏ ਜ਼ਲਜ਼ਲਾਇਆ, ਬਾ ਜਾਬਿਰ ਨੇ ਸਰ ਚਾ ਕੇ ਡਿੱਠਾ ਕਰਬਲਾ ਦੇ ਬੰਨੇ 'ਤੇ, ਤਰਾਏ ਮਹਮਲ ਮਹਾਰੀ ਦੀ ਕਮਰ ਝੁਕੀ ਹੋਈ, ਅੱਖੀਂ ਤੂੰ ਰਾਤ ਜਾਰੀ, ਮਹਮਲਾਂ ਦੇ ਫਟੇ ਹੋਏ ਪਰਦੇ। ਮਾਰਲਨ ਕਮਰ, ਆਪਣੇ ਵਾਲਦ ਸਾਹਿਬ ਦਾ ਜੁਮਲਾ ਯਾਦ ਆਇਆ, ਮੈਨੂੰ ਨਹੀਂ ਪਤਾ ਇਹ ਕਿਤਨੇ ਬੰਦੇ ਹਾਇ ਕਰੇ ਸਨ, ਮਾਹੌਲ ਤੁਹਾਡੇ ਸਾਹਮਣੇ, ਮੈਂ ਮਿਹਨਤ ਦੀ ਮਜਲਿਸ ਵੀ ਪੜ੍ਹਦਾ। ਮੇਰੇ ਵਾਲਦ ਸਾਹਿਬ ਫਰਮਾਉਂਦੇ ਆਉਂਦੇ ਹਨ, ਜਾਬਿਰ ਦੀ ਦੀਦ ਪਈ, ਆਦੇ ਮਾਮਲਾਂ ਦੇ ਪਰਦਿਆਂ ਤੋਂ ਲੱਗਦਾ ਹੈ ਹਿੰਨ ਪਰਦਾਦਾਰ, ਮਹਾਰੀ ਦੀ ਹਾਲਤ ਤੋਂ ਲੱਗਦਾ ਜੀਂਦੇ ਨਹੀਂ। ਵਾਹ ਬਾਈ ਵਾਹ, ਵਾਹ ਬਾਈ ਵਾਹ, ਵਾਹ ਬਾਈ ਵਾਹ, ਮਹਾਰੀ ਦੀ ਹਾਲਤ ਤੋਂ ਲੱਗਦਾ ਜੀਂਦੇ ਨਹੀਂ। ਮੈਂ ਨੌਕਰਾਂ ਬਾਬਾ, ਮਹਾਰੀ ਦੀ ਹਾਲਤ ਤੋਂ ਲੱਗਦਾ ਜੀਂਦੇ ਨਹੀਂ। ਦੋ ਆਸਿਆਂ ਦੇ ਸਾਰੇ 'ਤੇ ਤੇਜ਼ 'ਤੇ ਜਾਬਿਰ ਨੇ ਟੁਰਨਾ ਸ਼ੁਰੂ ਕੀਤਾ, ਹੁਣ ਰੋਣਾ ਹੀ ਤਾਂ ਮੈਂ ਦੇਖੇ,
جابر دی کتنی عمر آئی؟ 130 سال. حسین دے پتر سجاد دی کتنی عمر آئی؟ 22 یا 23 سال. اندکڑی الجوان 130 سال دا بڑھڑا، حسین دے 22 سال اندکڑی الجوان پتر دے روے کے آدھے مسافر ضعیف میرا سلام ہووی. سجاد دی آواز پیان دی نانا میرا ہی سلام ہووی. جلے آکے سنا نانا میرا ہی سلام ہووی. جابر دی آواز پیان دی تیری تے میری عمر تقریباً ہے برابر. نانا کیوں سرے نا؟ توجہ میں دے رہے نانا کیوں سرے نا؟ ادھے نانا عمر نال رشتے بدلتا نہیں ہوئے دے. اگر ہے مسافر نا امیل دا واللہ مار، اگر ہیں زیارتی، توجہ میں دے رہے، اگر ہیں زیارتی اٹھ بہا پردیدار لہا. آج ہے غریب دا چہلم، قبران دا پوچھنا ہے قبران دی نشان دے ہی کرے نا. ذکر سننا ہی تا ذاکر بندان، بکھائیں تا کھانا کھمائیں نا، رومنا ہی تا میرے دیکھیں. جابر دی آواز پیان دی تسائیں تا پانی پیوائیں نا. سجاد دی آواز پیان دی ہے نانا اس نگری دے رواج بدل گئے ہیں، سال پہلے گزریاں تا پانی کوئی نہیں دیں دا. پردے دار لہا تے پیدل ٹور. سجاد دی آواز پیان دی ہے نانا تیرا حکم ہے؟ آدھے اللہ ماں ناک اس نگری اچھ میں حکم چلا سکنا؟ کہن دا حکم ہے؟ اس نگری دا سردارے نام حسین ابن علیے. سجاد دی آواز پیان دی حسین دا حکم ہے؟ جا پھر پیاد ہے او دکہ انو کچھ نہیں آدھا. سجاد دی آواز پیان دی سچا کھئی، اگر او کہ انو کو جا کھیا اے رولے آ. کہن دا حکم ہے اگر حسین دا نہیں؟ حسین دی فوج دا جرنیلے حس بھرا سڑویں دا نوکرے نام عباس ابن علیے. عباس دا نام آیا جی میں مور امام علیہ بیٹھی آئی نا علی دی وڈی دی زینب. حکل مار کے دیا دیا مہاری صاحب انواق میرے مامل دے تلے آدھ سے. کہن دا حکمیں مامل دے تلے آ کے آدھے بی بی عباس ابن علی دا حکمیں وات دس. کہن دا حکمیں رومنی دا میڈو دیکھیں. ناؤں دفعہ میڈی سین پوچھئے، ناؤں دفعہ جابر دفعہ جو عباس ابن علی دا حکمیں. آلیہ دی آواز پہیاں دیا جے حکم عباس دے تا میں نہیں لان دی. پچھا ہٹ کے آدھے نہیں جو لان دی اے کوئی زینب ہے. اتھے نگل علی دی دی زینب کر سک دیئے. بس میند بلکل قریب آگیاں. سجاد دی آواز پیان دی نانا جیویں اپنے مرشد آدھی تینا پیغام، انہیں میرا پیغام آئی دے اپنے مرشد نو. انو آکے ایک دور دا مسافرے جیڑا منت کر کے پیا دے میرے تھکی ہوئے پردادار نہ روا، اپنا حکم واپس لے. آدھے وینہ ہاں گل کریں دا. سجاد دی آواز پیان دی نانا اے علی گل بھی لازمی کریں. او دور دا مسافر پی آدھا ہے آج لگھنڈے میں کوئی نیتا منہ ہے. بس جا بے ٹورے سجاد پیغام لے کے عباس دے روزے دے پاسے. جی میں اتری جمعہ ملے بیٹھیاں نا عباس دیاں دو بھنے جیاں اکھی نہیں کوئی سامن دے بدلے نیا آئے لی. حسین دے رو مڑا لے وادیاں ماری اٹھ بلا سلانی ایلاویں نلاویں نے سرداراں دی اولاد اسا نوکراں دیاں دیئے. مامے دے روزے تے میں نہیں آنی ہے ماما حکم واپس لے اجڑ کے دینا وطن ولی وین دیئے. آلیہ دی آواز پیان دیئے میں کیوں نہ لاسا میں کیوں نہ ٹرسا میڈے پھرا دا پہلا حکمیں رومنی تا سار چاہتے میں روڑے گئے اٹھ بے گئے پردادار لہ بے. آلیہ دی آواز پیان دیئے سون سجاد میں مشورہ ڈیونا چانیا آج اس رنگ دے نال ٹور جی میں شام ٹر دے رہے ہیں پوپی امہ کی میں ٹورا دوبا کردہ سارا لے میں امہ دی کانڈ دا اولا لے.
ਹੈ ਬੁੱਬੀ ਅੰਮਾ ਪਹਿਲੇ ਅਬਾਸ ਦੇ ਰੋਜ਼ੇ 'ਤੇ ਵੰਜਣਾ ਹੀ ਆ, ਹੁਸੈਨ ਦੇ ਰੋਜ਼ੇ 'ਤੇ ਵੰਜਣਾ ਹੀ ਆ, ਆਲੀਆ ਦੀ ਆਵਾਜ਼ ਪਈ ਆਉਂਦੀ ਹੈ ਪਹਿਲੇ ਉਹਦੇ ਰੋਜ਼ੇ 'ਤੇ ਲੈ ਵਾਂਜਿਆਂ ਦਾ ਹੁਕਮ ਆਇਆ ਹੈ ਜੋ ਟੁਰਦੀ ਆਵੇ। ਅੱਲਾ ਜਾਣਦਾ ਹੀ ਨੇ ਅਬਾਸ ਦੀ ਕਬਰ 'ਤੇ ਆਈਏ, ਚੰਦ ਕਦਮ ਗਾਜ਼ੀ ਦੀ ਕਬਰ ਦੂਰ ਆਈ ਜੋ ਜ਼ੈਨਾ ਮਿੱਟੀ 'ਤੇ ਬਹਿ ਗਈ ਹੈ। ਸਜਾਦ ਦੀ ਆਵਾਜ਼ ਪਈ ਆਉਂਦੀ ਹੈ ਬੁੱਬੀ ਅੰਮਾ ਕਬਰ ਤਾਂ ਸਾਹਮਣੇ ਇੱਥਾਂ ਕਿਉਂ ਬਹਿ ਗਈ ਹੈ। ਆਦੀ ਸਜਾਦ ਗਾਜ਼ੀ ਨੂੰ ਆ ਕਬਰ ਤੂੰ ਬਹਿਰ ਆਵੇ, ਆਖਿਆ ਜੋ ਟੁਰਦੀ ਆਵੇ ਮੈਂ ਟੁਰਨ ਦਾ ਵੱਲ ਸਿੱਖ ਗਈ। ਉਹਨੂੰ ਆ ਕਬਰ ਤੂੰ ਬਹਿਰ ਆ ਮੈਂ ਆਪ ਵਧੀ ਟੁਰਦੀ ਆ, ਬਿਰਾ ਠਾਰਾ ਬਿਰਾ ਵਾ ਮੋਈ ਵਧੀ ਸਰੀ। ਵਾਹ ਬਾਈ ਵਾਹ, ਬੜੀ ਸੋਹਣੀ ਮੁਕਾਨ ਦੇ ਬੈਠਾ ਮੈਂ ਸਈਦ ਰਾਜ਼ੀ ਹਾਂ, ਮਾਹੌਲ ਵੀ ਇੰਨੇ ਮੌਸਮ ਵੀ ਤੇਰੇ ਸਾਹਮਣੇ ਮੈਂ ਸਈਦ ਰਾਜ਼ੀ। ਅਕਲ ਮਾਰ ਗਿਆ ਦੀ ਹੈ ਗਾਜ਼ੀ ਦੇ ਇਜਾਜ਼ਤ, ਮੈਡਾ ਹੁਸੈਨ ਮੁੰਤਜ਼ਰੇ ਆਖਰੀ ਜੁਮਲਾ ਇੱਜ਼ਤ ਵਾਲੇ ਬਿਰਾਵਾਂ ਦੇ ਹਵਾਲੇ ਮਿੰਬਰ ਪਿਆ ਕਰੇਂਦਾ, ਟੁਰ ਪਈ ਅਲੀ ਦੀਦੀ ਆਈਏ ਹੁਸੈਨ ਦੀ ਕਬਰ 'ਤੇ। ਅਕਲ ਮਾਰ ਕੇ ਆਦੀ ਹੈ ਸਜਾਦ ਹੱਥ ਵਧਾ, ਸਜਾਦ ਹੱਥ ਵਧਾਏ ਬਾਕਿਰ ਲਾਲ ਜੀ ਅੰਮਾ ਤੂੰ ਹੀ ਹੱਥ ਵਧਾ, ਬਾਕਿਰ ਹੱਥ ਵਧਾਏ ਸਜਾਦ ਅਤੇ ਬਾਕਿਰ ਦਾ ਹੱਥ ਪਕੜ ਕੇ ਹੁਸੈਨ ਦੀ ਕਬਰ 'ਤੇ ਰੱਖਾ। ਰੋ ਰੋ ਕੇ ਪਈ ਆਦੀ ਹੈ ਕਬਰ ਤੂੰ ਬਹਿਰਾ, ਆਪਣੀ ਅਮਾਨ ਸੰਭਾਲ ਮੇਰੀ ਨਸਾਲੀ ਮੁੱਕ ਗਈ। ਆਦੀਏ ਮੈਨੂੰ ਅੰਮਾ ਛੱਡਣ ਵਾਲਾ ਕੋਈ ਨਹੀਂ, ਤੇਰੀ ਨਸਲ ਔਖੀ ਬਚਾਈ ਆ ਨੀ।